ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਕਲਾਸ ਵਿੱਚ ਆਪਾਂ ਸਕਿਨਰ ਦੀ ਜਿਹੜੀ ਥਿਊਰੀ ਸੀਗੀ ऑपरेंट कंडीशनिंग दी थ्योरी इन्नू डिस्कस ਕਰਨ ਜਾ ਰਹੇ ਆ ਇਹ ਕਲਾਸ ਤੁਹਾਡੇ ਪੀਐਸਟੈਟ ਐਂਡ ਸੀਟੈਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ बीएड ਜਾਂ ਫਿਰ ईटीटी ਕਰ ਰਹੇ ਸਟੂਡੈਂਟਸ ਵੀ ਇਨਾਂ ਵੀਡੀਓਜ਼ ਨੂੰ ਦੇਖ ਸਕਦੇ ਨੇ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ ਸੋ ਸ਼ੁਰੂ ਕਰਦੇ ਆਂ ਅੱਜ ਦੀ ਆਪਣੀ ਕਲਾਸ ਨੂੰ ਸਭ ਤੋਂ ਪਹਿਲਾਂ ਆਪਾਂ ਬੀਐਫ ਸਕਿਨਰ ਬਾਰੇ ਡਿਸਕਸ ਕਰ ਲੈਣੇ ਆ ਇਹਨਾਂ ਦਾ ਜਨਮ ਹੋਇਆ ਸੀਗਾ 1904 ਵਿੱਚ ਤੇ ਇਹਨਾਂ ਦੀ ਜਿਹੜੀ ਡੈਥ ਹੈਗੀ ਆ ਉਹ ਹੋਈ ਸੀਗੀ 1900 90 ਵਿੱਚ ਐਂਡ ਇੱਕ ਅਮਰੀਕਨ ਸਾਈਕੋਲੋਜਿਸਟ ਹੈਗੇ ਸੀ ਬਿਹੇਵੀਅਰਿਸਟ ਵੀ ਹੈਗੇ ਸੀ ਐਂਡ ਇੱਕ ਸੋਸ਼ਲ ਫਿਲਾਸਫਰ ਵੀ ਹੈਗੇ ਸੀਗੇ ਇਹਨਾਂ ਦਾ ਜਿਹੜਾ ਮੇਨ ਵਰਕ ਹੈਗਾ ਆ ਮੇਜਰ ਵਰਕ ਹੈ ਆਪਰੇਂਟ ਕੰਡੀਸ਼ਨਿੰਗ ਕਰਕੇ ਇਹ ਜਾਣੇ ਜਾਂਦੇ ਆ ਕੀ ਹੁੰਦੀ ਹੈ ਆਪਰੇਂਟ ਕੰਡੀਸ਼ਨਿੰਗ ਆਪਰੇਂਟ ਕੰਡੀਸ਼ਨਿੰਗ ਦੀ ਜਦੋਂ ਆਪਾਂ ਗੱਲ ਕਰਦੇ ਆ ਇੱਥੇ ਬਿਹੇਵੀਅਰ ਨੂੰ ਚੇਂਜ ਕਰਨ ਲਈ ਆਪਾਂ ਰਿਵਾਰਡ ਜਾਂ ਫਿਰ ਪਿਨਿਸ਼ਮੈਂਟ ਦਿੰਨੇ ਆ ਇਹਨੂੰ ਹੀ ਆਪਾਂ ਕੀ ਕਹਿੰਦੇ ਆ ਆਪਰੇਂਟ ਕੰਡੀਸ਼ਨਿੰਗ ਕਹਿੰਦੇ ਆ ਆਪਰੇਂਟ ਕੰਡੀਸ਼ਨਿੰਗ ਸਿੱਖਣ ਦਾ ਇੱਕ ਤਰੀਕਾ ਹੈ ਜਾਂ ਫਿਰ ਕਿਸਮ ਹੈ ਜਿਤੇ ਵਿਵਹਾਰ ਨੂੰ ਇਨਾਮ ਜਾਂ ਫਿਰ ਸਜ਼ਾ ਦੁਆਰਾ ਬਦਲਿਆ ਜਾਂਦਾ ਹੈ ਇਹਨੂੰ ਆਪਾਂ ਆਪਰੇਂਟ ਕੰਡੀਸ਼ਨਿੰਗ ਦਾ ਨਾਮ ਦਿੰਨੇ ਆ ਆਪਰੇਂਟ ਕੰਡੀਸ਼ਨਿੰਗ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਥਰੂ ਵੀ ਸਮਝ ਲੈਨੇ ਆ ਐਂਡ ਆਪਾਂ ਇਹ ਵੀ ਡਿਸਕਸ ਕਰਾਂਗੇ ਬੀ ਐਫ ਸਕਿਨਰ ਨੇ ਕਿਹੜੇ ਜਾਨਵਰ ਤੇ ਐਕਸਪੈਰੀਮੈਂਟ ਕੀਤਾ ਸੀ ਐਂਡ ਕਿਵੇਂ ਉਹਨਾਂ ਦਾ ਰਿਜ਼ਲਟ ਰਿਹਾ ਸੀਗਾ ਇਹਦੇ ਬਾਰੇ ਤਾਂ ਡਿਸਕਸ ਕਰਾਂਗੇ ਹੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਿਨਿਸ਼ਮੈਂਟ ਐਂਡ ਰਿਵਾਰਡ ਦੇ ਇੱਕ ਐਗਜ਼ਾਮਪਲ ਦੇ ਦਿੰਨਾ ਮੰਨ ਲਓ ਤੁਸੀਂ 5ਵੀਂ ਜਮਾਤ ਦੇ ਵਿਦਿਆਰਥੀ ਹੋ ਅਤੇ ਤੁਸੀਂ ਪਿਆਨੋ ਵਜਾਉਣਾ ਸਿੱਖਣਾ ਚਾਹੁੰਦੇ ਹੋ ਪਿਆਨੋ ਤੁਸੀਂ ਕਦੇ ਵੇਖਿਆ ਹੀ ਹੋਗਾ ਟੀਵੀ ਵਿੱਚ ਵੀ ਵਜਾਉਂਦਿਆਂ ਵੇਖਿਆ ਹੋਊਗਾ ਲੋਕਾਂ ਨੂੰ ਸੋ ਤੁਹਾਡਾ ਅਧਿਆਪਕ ਤੁਹਾਨੂੰ ਦੱਸਦਾ ਹੈ ਕਿ ਜਦੋਂ ਵੀ ਤੁਸੀਂ 30 ਮਿੰਟਾਂ ਲਈ ਅਭਿਆਸ ਕਰੋਗੇ ਮੰਨ ਲਓ ਜੇਕਰ ਤੁਸੀਂ 30 ਮਿੰਟਾਂ ਤੱਕ ਪ੍ਰੈਕਟਿਸ ਕਰਦੇ ਹੋ ਤੇ ਤੁਹਾਨੂੰ ਇੱਕ ਚਾਕਲੇਟ ਦਿੱਤੀ ਜਾਏਗੀ ਜੇਕਰ ਤੁਸੀਂ ਪ੍ਰੈਕਟਿਸ ਕਰੋਗੇ ਫੇਰ ਫਿਰ ਕੁਝ ਦਿਨਾਂ ਬਾਅਦ ਕੀ ਹੁੰਦਾ ਤੁਹਾਨੂੰ ਬਿਨਾਂ ਯਾਦ ਕਰਵਾਏ ਹੀ 30 ਮਿੰਟਾਂ ਲਈ ਅਭਿਆਸ ਕਰਨਾ ਤੁਸੀਂ ਸ਼ੁਰੂ ਕਰ ਦਿੰਦੇ ਹੋ ਕਿਉਂ ਕਿਉਂਕਿ ਤੁਹਾਨੂੰ ਪਤਾ ਕਿ ਜੇਕਰ ਤੁਸੀਂ 30 ਮਿੰਟ ਪ੍ਰੈਕਟਿਸ ਕਰੋਗੇ ਤੇ ਤੁਹਾਨੂੰ ਚਾਕਲੇਟ ਮਿਲੇਗੀ ਸੋ ਇਹ ਜਿਹੜੀ ਐਗਜ਼ਾਮਪਲ ਹੈਗੀ ਹੈ ਨਾ ਜਿਹੜੀ ਆਧਾਰਨ ਮੈਂ ਤੁਹਾਨੂੰ ਦਿੱਤੀ ਹੈ ਇਹ ਆਧਾਰਨ ਹੈਗੀ ਹੈ ਆਪਰੈਂਟ ਕੰਡੀਸ਼ਨਿੰਗ ਦੀ ਇੱਥੇ ਜਿਹੜਾ ਤੁਹਾਡਾ ਵਿਵਹਾਰ ਹੈ ਤੁਹਾਡਾ ਜਿਹੜਾ ਬਿਹੇਵੀਅਰ ਹੈਗਾ ਆ ਉਹ ਕੀ ਹੈ ਜੀ ਪਿਆਨੋ ਵਜਾਉਣਾ ਐਂਡ ਪਿਆਨੋ ਤੁਸੀਂ ਕਿਉਂ ਵਜਾ ਰਹੇ ਹੋ ਜੀ ਕਿਉਂਕਿ ਤੁਹਾਨੂੰ ਚਾਕਲੇਟ ਦਿੱਤੀ ਜਾਊਗੀ ਐਂਡ ਜਦੋਂ ਤੁਹਾਨੂੰ ਚਾਕਲੇਟ ਮਿਲੂਗੀ ਤੇ ਇਹਦੇ ਨਾਲ ਤੁਸੀਂ ਆਪਦਾ ਜਿਹੜਾ ਬਿਹੇਵੀਅਰ ਹੈਗਾ ਆ ਉਹ ਤੁਸੀਂ ਚੇਂਜ ਕਰ ਰਹੇ ਹੋ ਮਤਲਬ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਪਿਆਨੋ ਵਜਾਉਣ ਦੀ ਸੋ ਇੱਕ ਚੰਗੀ ਚੀਜ਼ ਹੈ ਚੰਗੀ ਚੀਜ਼ ਨੂੰ ਮੋਟੀਵੇਟ ਕਰਨ ਲਈ ਚੰਗੀ ਚੀਜ਼ ਵਾਰ-ਵਾਰ ਕੀਤੀ ਜਾਵੇ ਚੰਗੀ ਆਦਤ ਤੁਹਾਨੂੰ ਲਗਾਉਣ ਲਈ ਤੁਹਾਨੂੰ ਇੱਕ ਕੀ ਦਿੱਤਾ ਜਾ ਰਿਹਾ ਰਿਵਾਰਡ ਦਿੱਤਾ ਜਾ ਰਿਹਾ ਇੱਕ ਚਾਕਲੇਟ ਦਿੱਤੀ ਜਾ ਰਹੀ ਹੈ ਸੋ ਇਹ ਜਿਹੜੀ ਐਗਜ਼ਾਮਪਲ ਹੈਗੀ ਹੈ ਰਿਵਾਰਡ ਦੀ ਐਗਜ਼ਾਮਪਲ ਹੈਗੀ ਆ ਕਹਿ ਸਕਦੇ ਹਾਂ ਇੱਕ ਇਨਾਮ ਦੀ ਐਗਜ਼ਾਮਪਲ ਹੈਗੀ ਆ ਹੁਣ ਆਪਾਂ ਗੱਲ ਕਰਾਂਗੇ ਪਨਿਸ਼ਮੈਂਟ ਦੀ ਕਿਉਂਕਿ ਆਪਾਂ ਇੱਥੇ ਕੀ ਗਲ ਕੀਤੀ ਸੀਗੀ ਪਨਿਸ਼ਮੈਂਟ ਜਾਂ ਫਿਰ ਰਿਵਾਰਡ ਦੀ ਮਦਦ ਨਾਲ ਜਦੋਂ ਆਪਾਂ ਕਿਸੇ ਬਿਹੇਵੀਅਰ ਨੂੰ ਚੇਂਜ ਕਰਦੇ ਹਾਂ ਉਹਨੂੰ ਹੀ ਆਪਾਂ ਆਪਰੇਂਟ ਕੰਡੀਸ਼ਨਿੰਗ ਦਾ ਨਾਮ ਦਿੰਨੇ ਆ ਇਥੇ ਇੱਕ ਹੋਰ ਉਦਾਹਰਣ ਦਿੱਤੀ ਹੋਈ ਹੈ ਕਿ ਜਦੋਂ ਇੱਕ ਬੱਚਾ ਦੁਰਵਿਵਹਾਰ ਕਰਦਾ ਹੈ ਤਾਂ ਉਸਦੇ ਮਾਤਾ-ਪਿਤਾ ਸਜ਼ਾ ਦੇ ਤੌਰ ਤੇ ਉਸਦਾ ਫੋਨ ਖੋਹ ਲੈਂਦੇ ਹਨ ਅੱਜ ਕੱਲ੍ਹ ਵੀ ਵੇਖਿਆ ਹੁਣਾ ਜੇਕਰ ਅੱਜ ਕੱਲ੍ਹ ਦੇ ਬੱਚੇ ਆਪਦੇ ਮਾਪਿਓ ਨਾਲ ਚੰਗੇ ਤਰੀਕੇ ਨਾਲ ਨਾ ਗੱਲ ਕਰਨ ਜਾਂ ਫਿਰ ਕੋਈ ਗਲਤੀ ਕਰ ਦੇਣ ਤੇ ਉਹਨਾਂ ਦਾ ਜਿਹੜਾ ਫੋਨ ਹੈਗਾ ਆ ਉਹਨਾਂ ਦੇ ਮਾਪਿਓ ਖੋਹ ਲੈਂਦੇ ਆ ਸੋ ਬੱਚੇ ਦੇ ਭਵਿੱਖ ਵਿੱਚ ਦੁਰਵਿਵਹਾਰ ਕਰਨ ਦੀ ਜਿਹੜੀ ਸੰਭਾਵਨਾ ਹੈਗੀ ਆ ਉਹ ਘਟ ਜਾਊਗੀ ਕਿਉਂਕਿ ਬੱਚੇ ਨੂੰ ਪਤਾ ਜੇਕਰ ਮੈਂ ਘਰਦਿਆਂ ਨਾਲ ਬਤਮੀਜ਼ੀ ਕੀਤੀ ਕੋਈ ਗਲਤ ਤਰੀਕੇ ਨਾਲ ਕਿਸੇ ਨਾਲ ਗੱਲ ਕੀਤੀ ਤੇ ਕੀ ਹੋਊਗਾ ਜਿਹੜਾ ਮੇਰਾ ਫੋਨ ਹੈਗਾ ਆ ਉਹ ਘਰਦਿਆਂ ਨੇ ਲੈ ਲੈਣਾ ਆ ਤੇ ਵਾਪਸ ਦੇਣਾ ਨਹੀਂ ਛੇਤੀ ਸੋ ਇੱਥੇ ਜਿਹੜਾ ਪਨਿਸ਼ਮੈਂਟ ਜਿਹੜੀ ਦਿੱਤੀ ਜਾ ਰਹੀ ਆ ਬੱਚੇ ਨੂੰ ਫੋਨ ਖੋਣ ਦੀ ਸੋ ਜਦੋਂ ਜਦੋਂ ਫੋਨ ਬੱਚੇ ਤੋਂ ਫੜਿਆ ਜਾਊਗਾ ਤੇ ਬੱਚੇ ਨੂੰ ਪਤਾ ਲੱਗ ਜਾਣਾ ਕਿ ਮੈਂ ਆਪਦੇ ਘਰਦਿਆਂ ਨਾਲ ਪਿਆਰ ਨਾਲ ਗੱਲ ਕਰਾਂ ਬਤਮੀਜ਼ੀ ਨਾ ਕਰਾਂ ਦੁਰਵਿਵਹਾਰ ਨਾ ਕਰਾਂ ਸੋ ਇਹਦੇ ਵਿੱਚ ਵੇਖਿਆ ਕਿ ਤੁਸੀਂ ਬੱਚੇ ਨੂੰ ਪਨਿਸ਼ਮੈਂਟ ਦੇ ਰਹੇ ਹੋ ਕਈ ਵਾਰ ਬੱਚੇ ਦੀਆਂ ਗਲਤੀਆਂ ਤੇ ਆਪਾਂ ਇੱਕ ਅੱਧੀ ਉਹਦੇ ਲਗਾ ਵੀ ਦਿੰਨੇ ਆ ਸੋ ਇਹ ਕੀ ਆ ਇੱਕ ਪਨਿਸ਼ਮੈਂਟ ਹੈ ਇਹ ਮੈਂ ਤੁਹਾਨੂੰ ਉਦਾਹਰਣ ਦਿੰਦੀ ਆ ਪਨਿਸ਼ਮੈਂਟ ਦੀ ਕਿ ਜਿਹੜਾ ਮਾੜਾ ਵਿਵਹਾਰ ਹੈਗਾ ਜਾਂ ਬੁਰਾ ਵਿਵਹਾਰ ਹੈ ਉਹ ਬੱਚਾ ਨਹੀਂ ਕਰੂਗਾ ਜੇਕਰ ਉਹ ਕੋਈ ਚੰਗਾ ਵਿਵਹਾਰ ਕਰ ਰਿਹਾ ਤੇ ਆਪਾਂ ਉਹਨੂੰ ਸ਼ਾਬਾਸ਼ੀ ਦਿੰਨੀ ਆ ਚਾਕਲੇਟ ਦਿੰਨੀ ਆ ਪੈਸੇ ਦਿੰਨੀ ਆ ਸੋ ਇਸੇ ਤਰ੍ਹਾਂ ਹੀ ਆਪਰੈਂਟ ਕੰਡੀਸ਼ਨਿੰਗ ਦੀ ਜਿਹੜੀ ਥਿਊਰੀ ਹੈਗੀ ਆ ਜੀ ਇਹ ਵਰਕ ਕਰਦੀ ਆ ਹੁਣ ਆਪਾਂ ਮੇਨ ਜਿਹੜੀ ਗੱਲ ਹੈਗੀ ਆ ਕਿ ਐਕਸਪੈਰੀਮੈਂਟ ਜਿਹੜਾ ਕੀਤਾ ਗਿਆ ਸਿਕਾ ਬੀ ਐਫ ਸਕਿਨਰ ਦੇ ਦੁਆਰਾ ਉਹਦੇ ਬਾਰੇ ਵੀ ਸਮਝ ਲੈਣੇ ਆ ਸਕਿਨਰ ਦੀ ਥਿਊਰੀ ਨੂੰ ਸਕਿਨਰ ਬਾਕਸ ਦਾ ਨਾਮ ਦਿੱਤਾ ਗਿਆ ਸਿਕਾ ਇੱਥੇ ਤੁਸੀਂ ਪੰਜਾਬੀ ਵਿੱਚ ਵੀ ਪੜ ਸਕਦੇ ਹੋ ਕਿ ਸਕਿਨਰ ਬਾਕ ਟੂਟਾ ਜਿਹੜਾ ਚੈਂਬਰ ਸੀ ਜਿੱਥੇ ਇੱਕ ਜਾਨਵਰ ਆਮ ਤੌਰ ਤੇ ਚੂਹਾ ਜਾਂ ਕਬੂਤਰ ਇਹ ਲਾਈਨ ਪੜਨ ਤੋਂ ਬਾਅਦ ਆਪਾਂ ਨੂੰ ਇਹ ਵੀ ਸਮਝ ਲੱਗ ਗਈ ਕਿ ਸਕਿਨਰ ਨੇ ਜਿਹੜਾ ਐਕਸਪੈਰੀਮੈਂਟ ਕੀਤਾ ਸੀਗਾ ਉਹ ਚੂਹਿਆਂ ਤੇ ਵੀ ਕੀਤਾ ਸੀਗਾ ਤੇ ਕਬੂਤਰਾਂ ਤੇ ਵੀ ਕੀਤਾ ਸੀਗਾ ਅਕਸਰ ਉਹ ਵੱਖ-ਵੱਖ ਜਾਨਵਰਾਂ ਦੇ ਉੱਤੇ ਐਕਸਪੈਰੀਮੈਂਟ ਕਰਦੇ ਰਹਿੰਦੇ ਸੀਗੇ ਬਟ ਇਹਦੇ ਵਿੱਚ ਜਿਹੜਾ ਮੇਨ ਐਕਸਪੈਰੀਮੈਂਟ ਉਹਨਾਂ ਦੁਆਰਾ ਕੀਤਾ ਗਿਆ ਸੀਗਾ ਚੂਹੇ ਤੇ ਵੀ ਕੀਤਾ ਗਿਆ ਸਗਾ ਤੇ ਕਬੂਤਰ ਤੇ ਕੀਤਾ ਗਿਆ ਸੀ ਸੋ ਉਹਨਾਂ ਨੂੰ ਜਦੋਂ ਬਕਸੇ ਵਿੱਚ ਰੱਖ ਦਿੱਤਾ ਗਿਆ ਬਕਸੇ ਵਿੱਚ ਇੱਕ ਬਟਨ ਹੁੰਦਾ ਸਗਾ ਤੇ ਜਦੋਂ ਵੀ ਜਾਨਵਰ ਉਸ ਬਟਨ ਨੂੰ ਦਬੋਂਦਾ ਆ ਬਟਨ ਦਬਾਉਣ ਦੇ ਨਾਲ ਹੀ ਉਸ ਚੂਹੇ ਨੂੰ ਇਨਾਮ ਵਜੋਂ ਇੱਕ ਛੋਟੀ ਜਿਹੀ ਖਰਾਕ ਜਾਂ ਫਿਰ ਛੋਟੀ ਜਿਹੀ ਜਿਹੜੀ ਖਾਣ ਵਾਲੀ ਚੀਜ਼ ਹੁੰਦੀ ਸੀਗੀ ਉਹ ਦੇ ਦਿੱਤੀ ਜਾਂਦੀ ਸੀਗੀ ਸਕਿਨਰ ਨਿਰਖਣ ਕਰੇਗਾ ਕਿ ਜਾਨਵਰ ਨੇ ਲੀਵਰ ਨੂੰ ਕਿੰਨੀ ਵਾਰ ਵਿੱਚ ਦਬਾਇਆ ਅਤੇ ਜਾਨਵਰ ਨੂੰ ਭੋਜਨ ਦੀ ਗੋਲੀ ਪ੍ਰਾਪਤ ਕਰਨ ਲਈ ਲੀਵਰ ਨੂੰ ਦਬਾਉਣ ਲਈ ਕਿੰਨਾ ਸਮਾਂ ਲੱਗਾ ਕਿਉਂਕਿ ਜਿਹੜਾ ਰੈਟ ਹੈਗਾ ਜਾਂ ਚੂਹਾ ਹੈਗਾ ਜਾਂ ਉਸਨੇ ਉਸ ਲੀਵਰ ਨੂੰ ਵਾਰ-ਵਾਰ ਦਬਾਉਣਾ ਕਿਉਂਕਿ ਉਹਨੂੰ ਪਤਾ ਉਹਨੂੰ ਕੀ ਮਿਲੇਗਾ ਉਹਨੂੰ ਇਨਾਮ ਮਿਲੇਗਾ ਰੀਵਾਰਡ ਮਿਲੇਗਾ ਸੋ ਇਸੇ ਤਰ੍ਹਾਂ ਹੀ ਸਕਿਨਰ ਨੇ ਕੀ ਕੀਤਾ ਸਗਾ ਜਾਨਵਰਾਂ ਦੇ ਬਿਹੇਵੀਅਰ ਤੇ ਸਟੱਡੀ ਕੀਤੀ ਸੀਗੀ ਐਂਡ ਸਕਿਨਰ ਦੀ ਇੱਕ ਹੋਰ ਇੰਟਰਸਟਿੰਗ ਗੱਲ ਹੈਗੀ ਆ ਜੀ ਜਿਹਦੇ ਬਾਰੇ ਆਪਾਂ ਗੱਲ ਕਰਦੇ ਆਣ ਐਗਜ਼ਾਮ ਪੁਆਇੰਟ ਆਫ View ਤੋਂ ਵੀ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈਗੀ ਆ ਕਿ BF ਸਕਿਨਰ ਨੂੰ ਰੈਡੀਕਲ ਬਿਹੇਵੀਅਰਿਸਟ ਵੀ ਕਿਹਾ ਜਾਂਦਾ ਸਗਾ ਭਾਵ ਇਹ ਕਿ ਜਿਹੜੇ ਆਪਣੇ ਦਿਮਾਗ ਦੇ ਥੌਟਸ ਹੁੰਦੇ ਨੇ ਇਮੋਸ਼ਨਸ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਇਹ ਵੀ ਇੱਕ ਬਿਹੇਵੀਅਰ ਦਾ ਪਾਰਟ ਹੀ ਹੈਗੇ ਨੇ ਇਹਨਾਂ ਨੂੰ ਕਿਹਾ ਸਗਾ ਮਤ ਭਾਵ ਇਹ ਕਿ ਸਕਿਨਰ ਨੇ ਰਿਜੈਕਟ ਕਰਤਾ ਸੀਗਾ ਆਈਡੀਆ ਕਿਹੜਾ ਆਈਡੀਆ ਰਿਜੈਕਟ ਕਰਤਾ ਸੀਗਾ ਕਿ ਜਿਹੜਾ ਮਾਈਂਡ ਹੁੰਦਾ ਆ ਉਹ ਮਾਈਂਡ ਸੈਪਰੇਟ ਨਹੀਂ ਹੁੰਦਾ ਉਹਨਾਂ ਨੇ ਇਹ ਤਰਕ ਦਿੱਤਾ ਸੀਗਾ ਕਿ ਜਿਹੜਾ ਤੁਹਾਡਾ ਮੈਂਟਲ ਪ੍ਰੋਸੈਸਸਸ ਹੁੰਦੇ ਨੇ ਜਿਵੇਂ ਕਿ ਤੁਹਾਡੇ ਥੌਟਸ ਹੋਗੇ ਤੁਹਾਡੇ ਇਮੋਸ਼ਨਸ ਹੋਗੇ ਇਹ ਸਾਰਾ ਕੁਝ ਸ਼ੇਪ ਕੀਤੇ ਜਾਂਦੇ ਨੇ ਕਿਦੇ ਦੁਆਰਾ ਰੀਨਫੋਰਸਮੈਂਟ ਜਾਂ ਫਿਰ ਪਨਿਸ਼ਮੈਂਟ ਦੁਆਰਾ ਠੀਕ ਹੈ ਜੀ ਐਂਡ ਰੈਡੀਕਲ ਬਿਹੇਵੀਅਰਿਜ਼ਮ ਨਾਮ ਦੀ ਜਿਹੜੀ ਟਰਮ ਹੈਗੀ ਆ ਇਹ ਵੀ ਸਕਿਨਰ ਦੁਆਰਾ ਹੀ ਦਿੱਤੀ ਗਈ ਸੀਗੀ ਜਿਹਦੇ ਕਰਕੇ ਇਹਨਾਂ ਨੂੰ ਰੈਡੀਕਲ ਬਿਹੇਵੀਅਰਿਸਟ ਵੀ ਕਿਹਾ ਜਾਂਦਾ ਸੀਗਾ ਕਿਉਂਕ ਕੀਤੀਆਂ ਇਹ ਸਾਰੀਆਂ ਬੀਐਫ ਸਕਿੰਨਰ ਵਾਰਾ ਦੁਆਰਾ ਦਸੀਆਂ ਗਈਆਂ ਸੀਗੀਆਂ ਉਮੀਦ ਮੈਂ ਇਹੀ ਕਰੂੰਗਾ ਇਸ ਛੋਟੀ ਜੀ ਵੀਡੀਓ ਵਿੱਚ ਤੁਸੀਂ ਕਾਫੀ ਸਾਰੀਆਂ ਗੱਲਾਂ ਨੂੰ ਸਿੱਖ ਗਏ ਹੋਣੇ ਆ ਤੁਹਾਡੀ ਜਿਹੜੀ ਅੰਡਰਸਟੈਂਡਿੰਗ ਹੈਗੀ ਆ ਤੁਹਾਡੀ ਜਿਹੜੀ ਸਮਝ ਹੈਗੀ ਆ ਜੀ ਉਹ ਵਧੀ ਹੋਊਗੀ ਜੇਕਰ ਤੁਹਾਡੀ ਸਮਝ ਵਧੂਗੀ ਤੇ ਤੁਹਾਡੇ ਪੀਐਸਟੈਟ ਦੇ ਜਿਹੜੇ ਮਾਰਕਸ ਹੈਗੇ ਨੇ ਜੀ ਉਹ ਵੀ ਜ਼ਰੂਰ ਵਧਣਗੇ ਸੋ ਤੁਸੀਂ ਆਪਣੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ ਐਂਡ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਚੈਨਲ ਤੇ ਵੱਧ ਤੋਂ ਵੱਧ ਜਿਹੜੇ ਸਬਸਕ੍ਰਾਈਬਰਸ ਨੇ ਜੀ ਉਹ ਵਧਾਉਣ ਦੀ ਕੋਸ਼ਿਸ਼ ਕਰੋ ਇਸ ਵੀਡੀਓ ਨੂੰ ਆਪਦੇ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਵੀਡੀਓ ਬਾਰੇ ਜਿਹੜਾ ਫੀਡਬੈਕ ਹੈਗਾ ਜੀ ਕਮੈਂਟ ਸੈ ਆਪਾਂ ਵੀਡੀਓ ਨੂੰ ਕਰਦੇ ਆ ਖਤਮ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ